ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਪਾਕ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਦੋਸਤ ਅਬਦੁਲ ਵਾਹਿਦ। ਜਿਵੇਂ ਕਿ ਮਾਸ਼ਾਅੱਲਾ ਮੇਰੇ ਦੋਸਤਾਂ ਨੂੰ ਪਤਾ ਹੈ, ਇਹਦੇ ਵਿੱਚ ਕੋਈ ਲੁੱਕ ਨਹੀਂ, ਕੋਈ ਓਹਲਾ ਨਹੀਂ। ਤੁਸੀਂ ਆਪਣਾ ਰਿਕਾਰਡ ਚੈੱਕ ਕਰ ਸਕਦੇ ਜੀ, ਮਾਸ਼ਾਅੱਲਾ, ਅੱਲਾ ਦਾ ਬੜਾ ਸ਼ੁਕਰ ਹੈ ਆਪਣੇ 'ਤੇ। ਦੋਸਤਾਂ ਨੂੰ ਅੱਛੇ, ਕਲੀਅਰ ਅਤੇ ਗਰੰਟੀ ਵਾਲੇ ਆਪਾਂ ਰਕਬੇ ਦਿਖਾਉਂਦੇ ਹੁੰਦੇ ਹਾਂ, ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਆਪਣਾ ਇਹ ਰਿਕਾਰਡ ਕਾਇਮ ਰਹਿਣਾ ਹੈ। ਮੇਰੇ ਕਾਫੀ ਦੋਸਤਾਂ ਨੇ ਇਤਰਾਜ਼ ਕੀਤਾ ਸੀ, ਵਟਸਐਪ 'ਤੇ ਮੈਸੇਜ ਕੀਤੇ ਸੀ, ਮੂਵੀ ਦੇ ਨੀਚੇ ਕਮੈਂਟ ਕੀਤੇ ਸੀ ਕਿ ਭਾਈ ਅਬਦੁਲ ਵਾਹਿਦ, ਤੁਸੀਂ ਆਪਣੇ ਇਲਾਕੇ ਨੂੰ ਭੁੱਲ ਗਏ ਹੋ, ਯਾਨੀ ਕਿ ਤੁਸੀਂ ਆਰਫ ਵਾਲਾ ਨੂੰ ਭੁੱਲ ਗਏ ਹੋ। ਦੋਸਤੋ, ਆਪਾਂ ਆਪਣੇ ਆਰਫ ਵਾਲਾ ਸ਼ਹਿਰ ਨੂੰ ਭੁੱਲੇ ਨਹੀਂ ਹੈਗੇ। ਆਪਣੀ ਰਿਹਾਇਸ਼ ਅੱਜ ਵੀ ਇੱਥੇ ਆਰਫ ਵਾਲਾ ਹੈ, ਸਾਹੀਵਾਲ, ਪਾਕਪਤਨ, ਬਹਾਵਲ ਨਗਰ। ਦੋਸਤਾਂ ਨੂੰ ਆਪਾਂ ਸ਼ੁਰੂ ਤੋਂ ਰਕਬੇ ਇੱਥੇ ਮਾਸ਼ਾਅੱਲਾ ਬੜੇ ਦਿਖਾਉਂਦੇ ਰਹੇ ਹਾਂ। ਮੇਰੇ ਦੋਸਤਾਂ ਦੀ ਰਿਕੁਆਇਰਮੈਂਟ ਇਹ ਹੁੰਦੀ ਸੀ ਕਿ ਭਾਈ ਅਬਦੁਲ ਵਾਹਿਦ ਰਕਬੇ ਇੰਤਹਾਈ ਸਸਤੇ ਹੋਣ, ਅਤੇ ਇਸ ਵਾਸਤੇ ਮੈਂ ਆਪਣੇ ਇਲਾਕੇ 'ਚ ਜ਼ਮੀਨਾਂ ਦਿਖਾਉਣੀਆਂ ਕੰਮ ਕਰ ਦਿੱਤੀਆਂ ਸੀ, ਅਤੇ ਚੱਕਵਾਲ ਦੇ ਇਲਾਕੇ 'ਚ ਮੈਂ ਰਕਬੇ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਬਾਕੀ ਰਕਬੇ ਮਾਸ਼ਾਅੱਲਾ ਆਪਣੇ ਕੋਲ ਆਰਫ ਵਾਲਾ, ਸਹੀਵਾਲ, ਇਹ ਪਾਕਪਤਨ, ਇਹ ਬਹਾਵਲ ਨਗਰ, ਇਸ ਇਲਾਕੇ ਵਿੱਚ ਅੱਜ ਵੀ ਰਕਬੇ ਆਪਣੇ ਕੋਲ ਮੌਜੂਦ ਹੈਗੇ ਨੇ। ਦੋਸਤੋ, ਮਾਸ਼ਾਅੱਲਾ ਅੱਜ ਆਪਣੇ ਕੋਲ 15 ਏਕੜ ਜ਼ਰਾਈ ਜ਼ਮੀਨ ਹੈ, ਜ਼ਿਲ੍ਹਾ ਪਾਕਪਤਨ ਸ਼ਰੀਫ, ਤਹਿਸੀਲ ਆਰਫ ਵਾਲਾ, ਇਹ ਸੋਲੰਗ, ਇਹ ਸਰਕਾਰੀ। ਇੱਥੇ ਆਪਣੀ ਜ਼ਮੀਨ ਦਾ ਤਕਰੀਬਨ ਕੋਈ 4-5 ਏਕੜ ਫਰੰਟ ਹੈਗਾ ਜੀ। ਇਹ ਸਾਹਮਣੇ ਤਮਾਮ ਆਪਣੀ ਜ਼ਮੀਨ ਹੈਗੀ, ਉਹ ਸਾਹਮਣੇ ਡੇਰਾ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਇਹ ਸੋਲੰਗ ਅੱਛੀ ਤਰ੍ਹਾਂ ਚੈੱਕ ਕਰ ਲਓ, ਇਹ ਸਾਹਮਣੇ, ਬਿਲਕੁਲ ਸਾਹਮਣੇ, ਸਿਰਫ ਕੋਈ 3 ਜਾਂ 4 ਏਕੜ ਦੇ ਫਾਸਲੇ 'ਤੇ ਦੋਸਤਾਂ ਨੂੰ ਮਿਲੇਗਾ ਕਾਰਪੇਟ ਰੋਡ। ਕੋਈ ਆਮ ਨਿੱਕਾ ਮੋਟਾ ਕਾਰਪੇਟ ਰੋਡ ਨਹੀਂ, ਦੋਸਤਾਂ ਨੂੰ ਮਿਲੇਗਾ ਮੇਨ ਕਾਰਪੇਟ ਰੋਡ, ਸਿਰਫ ਇੱਥੋਂ ਸਾਹਮਣੇ 3 ਜਾਂ 4 ਏਕੜ ਦੇ ਫਾਸਲੇ 'ਤੇ। ਤਹਿਸੀਲ ਆਰਫ ਵਾਲਾ, ਜ਼ਿਲ੍ਹਾ ਪਾਕਪਤਨ ਸ਼ਰੀਫ। ਆਪਾਂ ਆਰਫ ਵਾਲਾ ਸ਼ਹਿਰ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਸਫ਼ਰ 'ਤੇ ਮੌਜੂਦ ਹਾਂ, ਅਤੇ ਆਰਫ ਵਾਲਾ ਪਾਕਪਤਨ ਵੱਡੇ ਡਬਲ ਮੇਨ ਰੋਡ ਤੋਂ, ਜਿਹਨੂੰ ਆਪਾਂ ਮਲਤਾਨ ਰੋਡ ਵੀ ਕਹਿ ਸਕਦੇ ਹਾਂ, ਬੁਰਾ ਵਿਆੜੀ ਰੋਡ ਵੀ ਕਹਿ ਸਕਦੇ ਹਾਂ, ਅਤੇ ਇੰਟਰਨੈੱਟ ਦੇ ਹਿਸਾਬ ਨਾਲ ਆਪਾਂ ਉਹਨੂੰ ਕਹਿੰਦੇ ਹੁੰਦੇ ਹਾਂ ਦਿੱਲੀ ਮੇਨ ਰੋਡ, ਕਿਉਂਕਿ ਇਸ ਮੇਨ ਰੋਡ ਦਾ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਪਾਕਿਸਤਾਨ ਦਾ ਸਭ ਤੋਂ ਲੰਮਾ, ਸਭ ਤੋਂ ਪੁਰਾਣਾ ਮੇਨ ਰੋਡ, ਜਿਹੜਾ ਕਿ ਇੰਟਰਨੈੱਟ ਦੇ ਹਿਸਾਬ ਨਾਲ ਦਿੱਲੀ ਮੇਨ ਰੋਡ ਦੇ ਨਾਂ ਤੋਂ ਮਸ਼ਹੂਰ ਹੈਗਾ, ਜਿਹੜਾ ਕਿ ਮਲਤਾਨ ਤੋਂ ਲੈ ਕੇ ਅਤੇ ਡਾਇਰੈਕਟ ਜਾ ਰਿਹਾ ਸੀ ਦਿੱਲੀ ਤੱਕ, ਪਾਕਿਸਤਾਨ ਦਾ ਸਭ ਤੋਂ ਲੰਮਾ ਅਤੇ ਸਭ ਤੋਂ ਪੁਰਾਣਾ ਮੇਨ ਰੋਡ। ਇੱਥੋਂ ਸਿਰਫ ਤਕਰੀਬਨ ਕੋਈ 1.5 ਕਿਲੋਮੀਟਰ ਫਾਸਲੇ 'ਤੇ ਮੌਜੂਦ ਹੈ, ਯਾਨੀ ਕਿ ਟੋਟਲ ਆਪਣੀ ਇਹ 15 ਏਕੜ ਜ਼ਮੀਨ ਤੱਕ ਡਬਲ ਮੇਨ ਰੋਡ, ਆਰਫ ਵਾਲਾ, ਪਾਕਪਤਨ ਮੇਨ ਰੋਡ, ਸਿਰਫ 1.5-2 ਕਿਲੋਮੀਟਰ ਫਾਸਲੇ 'ਤੇ ਮੌਜੂਦ ਹੈ, ਅਤੇ ਸਾਹਮਣੇ ਦੋਸਤਾਂ ਨੂੰ 3-4 ਏਕੜ ਦੇ ਫਾਸਲੇ 'ਤੇ ਮਿਲੇਗਾ ਡਬਲ ਕਾਰਪੇਟ ਰੋਡ। ਦੋਸਤੋ, ਇਹ ਜੇ ਆਪਣੀ ਜ਼ਮੀਨ ਦੀ ਲੋਕੇਸ਼ਨ, ਆਬਾਦੀ ਦੇ ਬਿਲਕੁਲ ਦਰਮਿਆਨ ਦੇ ਵਿੱਚ ਆਪਣਾ ਇਹ ਰਕਬਾ ਮੌਜੂਦ ਹੈ। ਤੁਸੀਂ ਮੌਕੇ 'ਤੇ ਆਓਗੇ, ਤੁਹਾਨੂੰ ਫਿਰ ਪਤਾ ਲੱਗੇਗਾ ਕਿ ਰਕਬਾ ਕੀ ਚੀਜ਼ ਹੈ। ਇਹ ਸਾਹਮਣੇ ਡੇਰਾ ਟਰਪੈਨ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਇਹ ਸਾਹਮਣੇ ਇਸ ਸਾਈਡ 'ਤੇ ਕਬਰਸਤਾਨ ਹੈ। ਇਹ ਸਾਹਮਣੇ ਮੈਂ ਦੋਸਤਾਂ ਨੂੰ ਬਾਰ ਬਾਰ ਦਿਖਾ ਰਿਹਾ
ਰਸਤਾ ਜਿਹੜਾ ਕਿ ਆਪਣੀ ਜ਼ਮੀਨ ਦੇ ਵਿੱਚੋਂ ਜਾ ਰਿਹਾ ਹੈ, ਸਾਹਮਣੇ ਡੇਰਾ ਮੌਜੂਦ ਹੈਗਾ ਹੈ ਬਿਲਕੁਲ ਸਾਹਮਣੇ, ਅਤੇ ਡੇਰਾ ਆਪਾਂ ਨੂੰ ਜ਼ਮੀਨ ਦੇ ਅੰਦਰ ਮਿਲੇਗਾ। ਇਹ ਆਸ ਪਾਸ ਦਾ ਮਾਹੌਲ ਚੈੱਕ ਕਰ ਲਓ, ਇਹ ਆਸ ਪਾਸ ਦਾ ਜਿਹੜਾ ਕਿ ਮੈਂ ਦੋਸਤਾਂ ਨੂੰ ਕੈਮਰਾ ਘੁੰਮਾ ਕੇ ਦਿਖਾ ਰਿਹਾ, ਵੇਖੋ ਇਹ ਸਾਹਮਣੇ ਗਾਓਂ ਹੈਗਾ ਜੀ, ਇਸ ਸਾਈਡ 'ਤੇ ਵੀ ਗਾਓਂ ਹੈਗਾ ਹੈ, ਅਤੇ ਆਪਣੀ ਜ਼ਮੀਨ ਦੇ ਨਾਲ ਵੀ ਗਾਓਂ ਹੈਗਾ ਹੈ ਬਿਲਕੁਲ ਨਾਲ, ਯਾਨੀ ਕਿ ਦੋ ਤਿੰਨ ਗਾਓਂ ਦੇ ਦਰਮਿਆਨ ਦੇ ਵਿੱਚ ਆਪਣੇ ਕੋਲ ਇਹ ਜ਼ਮੀਨ ਹੈ। ਇੱਥੇ ਆਪਾਂ ਪਲਾਟ ਕੱਟ ਕੇ ਸੇਲ ਕਰ ਸਕਦੇ ਹਾਂ, ਸਭ ਤੋਂ ਵੱਡੀ ਗੱਲ ਇਹ। ਦੋਸਤੋ, ਜ਼ਮੀਨ ਦੀ ਲੋਕੇਸ਼ਨ ਬੜੀ ਖਾਸ ਚੀਜ਼ ਹੁੰਦੀ ਹੈ, ਜ਼ਮੀਨ ਦੀ ਕੀਮਤ ਹੁੰਦੀ ਹੈ ਜ਼ਮੀਨ ਦੇ ਲੋਕੇਸ਼ਨ ਦੇ ਹਿਸਾਬ ਨਾਲ, ਕਿ ਤਿੰਨਾਂ ਗਾਓਂ ਦੇ ਦਰਮਿਆਨ ਦੇ ਵਿੱਚ ਆਪਣੇ ਕੋਲ ਇਹ ਜ਼ਮੀਨ ਹੈਗੀ ਜੀ। ਆਪਣੀ ਜ਼ਮੀਨ ਦੇ ਬਿਲਕੁਲ ਨਾਲ ਮਰਲਿਆਂ ਦੇ ਹਿਸਾਬ ਨਾਲ ਪਲਾਟ ਸੇਲ ਹੋ ਰਹੇ ਨੇ, ਇਹ ਆਪਾਂ ਦੋਸਤਾਂ ਨੂੰ ਮੌਕੇ 'ਤੇ ਦਿਖਾ ਦਿਆਂਗੇ, ਸਾਬਤ ਕਰ ਦਿਆਂਗੇ। ਦੋਸਤੋ, ਬਹਰਹਾਲ ਇਹ ਜ਼ਰਾਈ ਜ਼ਮੀਨ ਹੈ, ਅਤੇ ਦੋਸਤੋ ਸਾਲ ਦਾ ਨਹਿਰੀ ਪਾਣੀ ਟਰਪੈਨ ਸ਼ਰਤੀਆ ਮਿੱਠੇ ਪਾਣੀ ਵਾਲੀ ਦੋਸਤਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗੀ। ਬਹੁਤ ਵੱਡਾ ਡੇਰਾ ਦੋਸਤਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ। ਆਪਣਾ ਆਫਿਸ ਹੈ ਆਰਫਵਾਲਾ ਸ਼ਹਿਰ। ਦੋਸਤੋ, ਮਾਸ਼ਾਅੱਲਾ ਚੱਕਵਾਲ ਦੇ ਇਲਾਕੇ ਵਿੱਚ ਆਪਣੇ ਕੋਲ ਕਾਫੀ ਕੰਮ ਹੈਗਾ, ਚੱਕਵਾਲ ਵੀ ਆਪਣਾ ਮਾਸ਼ਾਅੱਲਾ ਆਫਿਸ ਹੈਗਾ। ਦੋਸਤੋ, ਹੁਣ ਗੱਲ ਕਰਾਂਗੇ ਠੇਕਾ ਐਂਡ ਡਿਮਾਂਡ। ਅਕਸਰ ਦੋਸਤ ਇਹ ਗੱਲ ਕਰਦੇ ਨੇ ਕਿ ਭਾਈ ਜਿਵੇਂ ਕਿ ਗੰਦਮ ਦਾ ਰੇਟ ਨਹੀਂ ਹੈਗਾ, ਮਕਈ ਦਾ ਰੇਟ ਨਹੀਂ ਹੈਗਾ, ਅਤੇ ਜ਼ਮੀਨ ਸਸਤੀ ਹੋ ਜਾਣੀ ਚਾਹੀਦੀ ਹੈ। ਦੋਸਤੋ, ਬਹਰਹਾਲ ਜ਼ਮੀਨ ਸਸਤੀ ਫਿਲਹਾਲ ਨਹੀਂ ਹੋਈ। ਅਗਰ ਜ਼ਮੀਨ ਸਸਤੀ ਹੋਵੇਗੀ ਤਾਂ ਸਸਤੀ ਜ਼ਮੀਨ ਦੀ ਵੀਡੀਓ ਅਪਲੋਡ ਕਰਨਾ ਮੈਨੂੰ ਫਾਇਦਾ ਹੈ, ਯਾਨੀ ਕਿ ਤੁਸੀਂ ਦੋਸਤ ਇਹ ਗੱਲ ਖੁਦ ਸੋਚ ਸਕਦੇ ਜੇ, ਅਗਰ ਮੈਂ ਸਸਤੀ ਜ਼ਮੀਨ ਦਿਖਾਵਾਂਗਾ ਨਾ ਤਾਂ ਫਿਰ ਮੇਰੀ ਜ਼ਮੀਨ ਲੋਕ, ਮੇਰੀ ਵੀਡੀਓ ਲੋਕ ਜ਼ਿਆਦਾ ਪਸੰਦ ਕਰਨਗੇ, ਰਕਬੇ ਜ਼ਿਆਦਾ ਸੇਲ ਹੋਣਗੇ। ਲਿਹਾਜ਼ਾ ਮੈਨੂੰ ਸਸਤੀ ਜ਼ਮੀਨ ਦਿਖਾਉਣ ਵਿੱਚ ਫਾਇਦਾ ਹੈ, ਮਹਿੰਗੀ ਜ਼ਮੀਨ ਦਿਖਾਉਣ ਵਿੱਚ ਮੈਨੂੰ ਕੋਈ ਫਾਇਦਾ ਨਹੀਂ ਹੈਗਾ। ਇਹ ਗੱਲ ਨਹੀਂ ਹੁੰਦੀ ਕਿ ਪਤਾ ਨਹੀਂ ਭਾਈ ਅਬਦੁਲ ਵਾਹਿਦ ਖੁਦ ਜ਼ਮੀਨ ਦੀ ਕੀਮਤ ਕਰਦਾ ਪਿਆ ਜ਼ਿਆਦਾ, ਨਹੀਂ ਦੋਸਤੋ, ਜ਼ਮੀਨ ਦੀ ਕੀਮਤ ਜ਼ਿਆਦਾ ਕਰਨ ਨਾਲ ਮੇਰਾ ਨੁਕਸਾਨ ਹੈ, ਤੁਸੀਂ ਇਹ ਗੱਲ ਖੁਦ ਸੋਚਣੀ ਹੈ। ਦੋਸਤੋ, ਉਹਦੀ ਵਜ੍ਹਾ ਇਹ ਹੁੰਦੀ ਕਿ ਇਕੱਲੀ ਗੰਦਮ ਨਾਲ ਜਾਂ ਫਿਰ ਮਕਈ ਨਾਲ ਜ਼ਮੀਨ ਦੀ ਕੀਮਤ ਜਾਂ ਫਿਰ ਠੇਕੇ ਨਹੀਂ ਕੱਢ ਸਕਦੇ, ਜਦੋਂ ਤਮਾਮ ਫਸਲਾਂ ਨੀਚੇ ਆ ਜਾਣਗੀਆਂ ਨਾ ਫਿਰ ਜ਼ਮੀਨ ਦੀ ਕੀਮਤ ਸ਼ਾਇਦ ਕਮ ਹੋ ਜਾਵੇ। ਯਾਨੀ ਕਿ ਤੁਸੀਂ ਚਾਵਲ ਦੀ ਕੀਮਤ ਵੇਖ ਲਓ, ਚਾਵਲ ਦੀ ਕੀਮਤ ਕਮਾਂਦ, ਕਿਉਂਕਿ ਆਪਣਾ ਇਲਾਕਾ ਹੈ ਆਲੂ ਕਮਾਂਦ ਚਾਵਲ ਵਾਲਾ, ਇਹ ਨਹੀਂ ਕਿ ਇੱਥੇ ਗੰਦਮ ਕਾਸ਼ਤ ਕਰਨੀ ਹੈ, ਨਹੀਂ ਦੋਸਤੋ, ਜ਼ਾਹਰ ਕਿ ਇੱਕ ਜ਼ਮੀਨ ਦੀ ਜਿਹੜਾ ਕਿ ਇਹ ਕੀਮਤ 70 ਲੱਖ ਫੀ ਏਕੜ ਦੇ ਹਿਸਾਬ ਨਾਲ ਹੈਗੀ ਹੈ, ਅਤੇ ਜ਼ਮੀਨ ਦਾ ਠੇਕਾ 2.5 ਤੋਂ 3 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਹੈਗਾ ਮੁਕੰਮਲ ਗਰੰਟੀ ਨਾਲ, ਯਾਨੀ ਕਿ ਅੱਜ ਵੀ ਇਹ ਜ਼ਮੀਨ 2.5 ਤੋਂ 3 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਆਪਾਂ ਠੇਕੇ 'ਤੇ ਚਾੜ ਸਕਦੇ ਹਾਂ। ਹਾਲਾਂਕਿ ਫਸਲ ਦੀ ਕੀਮਤ ਨਹੀਂ ਹੈਗੀ, ਫਿਰ ਵੀ ਇੱਥੇ ਲੋਕ 2.5 ਤੋਂ 3 ਲੱਖ ਫੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲੈਣ ਵਾਸਤੇ ਬਿਲਕੁਲ ਤਿਆਰ ਬੈਠੇ ਹੋਏ ਨੇ। ਜ਼ਾਹਰ ਕਿ ਜਿੰਨੀ ਦੇਰ ਠੇਕੇ ਕੰਮ ਨਹੀਂ ਹੁੰਦੇ ਅਤੇ ਉਨੀ ਦੇਰ ਜ਼ਮੀਨ ਦੀ ਕੀਮਤ ਕੰਮ ਨਹੀਂ ਹੋ ਸਕਦੀ, ਅਤੇ ਖਾਲੀ ਗੰਦਮ ਨਾਲ ਠੇਕੇ ਕੰਮ ਨਹੀਂ ਹੋਣੇ ਹੈਗੇ, ਠੇਕੇ ਕੰਮ ਹੋਣਗੇ, ਚਾਵਲ ਦਾ ਰੇਟ ਕੰਮ ਹੋ ਜਾਵੇ, ਆਲੂ ਦਾ ਰੇਟ ਕੰਮ ਹੋ ਜਾਵੇ, ਕਮਾਨ ਦਾ ਰੇਟ ਕੰਮ ਹੋ ਜਾਵੇ।
ਤੇ ਦੋਸਤੋ ਇਸ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 70 ਲੱਖ ਰੁਪਇਆ। ਦੋਸਤੋ 70 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਇਸ ਜ਼ਮੀਨ ਦੀ ਮਾਲਕ ਨੇ ਡਿਮਾਂਡ ਕੀਤੀ ਹੈ। ਕਮੀ ਪੇਸ਼ੀ ਪਿਆਰ ਮੁਹੱਬਤ ਇਨਸ਼ਾਅੱਲਾ ਮੌਕੇ 'ਤੇ ਕਰਵਾ ਲਵਾਂਗੇ। ਇਹ 15 ਏਕੜ ਜ਼ਮੀਨ ਹੈ। ਦੋਸਤੋ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ। ਅਗਰ ਕਾਲ 'ਤੇ ਰਾਬਤਾ ਨਾ ਹੋ ਸਕੇ ਦੋਸਤਾਂ ਨੇ, ਸਿਰਫ ਕਾਲ 'ਤੇ ਨਹੀਂ ਰਹਿਣਾ ਹੈਗਾ, ਕਿਉਂਕਿ ਕਾਲ ਦੌਰਾਨ ਮਸਰੂਫੀਅਤ ਅਕਸਰ ਕਾਲ ਨੰਬਰ ਬੰਦ ਹੁੰਦਾ ਹੈ, ਲੇਕਿਨ ਆਪਣੀ ਵਟਸਐਪ ਔਨ ਹੁੰਦੀ, ਇੱਕ ਸਬੂਤ ਪਿਆ ਹੁੰਦਾ ਕਿ ਫਲਾਂ ਦੋਸਤ ਦਾ ਮੈਸੇਜ ਆਇਆ ਸੀ, ਆਪਾਂ ਰਾਬਤਾ ਕਰਨਾ। ਲਿਹਾਜ਼ਾ ਤੁਸੀਂ ਦੋਸਤਾਂ ਨੇ ਕੋਸ਼ਿਸ਼ ਕਰਨੀ ਕਿ ਮੇਰੇ ਨਾਲ ਵਟਸਐਪ 'ਤੇ ਰਾਬਤਾ ਹੋ ਜਾਵੇ। ਤੁਸੀਂ ਵੋਇਸ ਮੈਸੇਜ ਕਰ ਸਕਦੇ ਜੇ ਮੈਨੂੰ ਬਿਲਾਂ ਝਿਜਕ। ਅਤੇ ਦੋਸਤੋ ਇਨਸ਼ਾਅੱਲਾ ਤਾਲਾ ਬਸ਼ਰਤੇ ਜ਼ਿੰਦਗੀ ਬਾ ਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼।